ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨੰਗਲ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਅੰਤਰਗਤ ਲੋਕਾਂ ਨੂੰ ਘਰਾਂ ਦੇ ਵਿੱਚ ਕੂੜੇਦਾਨ ਰੱਖਣ ਲਈ ਪ੍ਰੇਰਿਤ ਕੀਤਾ ਗਿਆ ਹੈ ਤਾਂ ਕਿ ਲੋਕ ਘਾਤਕ ਬਿਮਾਰੀਆਂ ਤੋਂ ਬਚ ਸਕਣ। ਇਸ ਮੌਕੇ ਸਮਾਗਮ ਦੇ ਵਿੱਚ ਖਾਸ ਤੌਰ ਉੱਤੇ ਸ਼ਿਰਕਤ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਆਮ ਲੋਕਾਂ ਨੂੰ ਸਹਿਯੋਗ ਦੀ ਮੰਗ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਜਿਹੜੀ ਹੈ ਮੁਹਿੰਮ ਤੰਦਰੁਸਤ ਪੰਜਾਬ ਚਲਾਈ ਗਈ ਹੈ। ਅਸੀਂ ਉਸ ਮੁਹਿੰਮ ਨੂੰ ਅੱਗੇ ਵਧਾਉਣ ਲਈ ਜਿਹੜਾ ਸਾਡੇ ਪੰਜਾਬ ਦੇ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਦੇ ਹੁਕਮਾਂ ਦੇ ਅਨੁਸਾਰ ਅਸੀਂ ਇਹ ਡਸਟਬਿਨ ਵੰਡੇ ਹੈ। ਇਹ ਡਸਟਬਿਨ ਦੋ ਤਰ੍ਹਾਂ ਦੇ ਅਸੀਂ ਵੰਡੇ ਹੈ, ਇੱਕ ਹਰਾ ਅਤੇ ਇੱਕ ਨੀਲਾ। ਇੱਕ 'ਚ ਅਸੀਂ ਗਿੱਲਾ ਸੁੱਕਾ, ਇੱਕ 'ਚ ਗਿੱਲਾ ਕੂੜਾ ਅਤੇ ਇੱਕ 'ਚ ਸੁੱਕਾ ਕੂੜਾ ਪਾਉਣ ਲਈ ਲੋਕਾਂ ਨੂੰ ਸੁਚੇਤ ਕੀਤਾ ਹੈ। ਇਹ ਜਿਹੜਾ ਕੂੜਾ ਹੈ ਸਾਡੇ ਘਰਾਂ ਜਿਹੜੇ ਜਿੰਨੇ ਵੀ ਅਸੀਂ ਵੰਡੇ ਆ ਡਸਟਬਿਨ ਉਹਨਾਂ ਦੇ ਘਰਾਂ 'ਚੋਂ ਸਾਡੇ ਸਫਾਈ ਸੇਵਕ ਜਿਹੜੇ ਹੈਗੇ ਨਗਰ ਕੌਂਸਲ ਨੰਗਲ ਦੇ ਉਹ ਲੈ ਕੇ ਜਾਣਗੇ, ਰੋਜ਼ਾਨਾ ਜਿਹੜੇ ਹੈਗੇ ਉਹ ਘਰਾਂ ਤੋਂ ਚੱਕਣਗੇ। ਜਦੋਂ ਉਹ ਜਿਹੜਾ ਹੈਗਾ ਡਸਟਬਿਨ ਘਰਾਂ ਤੋਂ ਕੂੜਾ ਚੱਕਣਗੇ ਅਤੇ ਸਾਡਾ ਜਿਹੜਾ ਵਾਰਡ ਨੰਬਰ 2 ਹੈ ਉਹ ਸਵੱਛ ਜਿਹੜਾ ਹੈਗਾ ਰਹੇਗਾ, ਅਤੇ ਜਦੋਂ ਸਵੱਛ ਰਹੇਗਾ ਅਤੇ ਜਿਹੜਾ ਹੈਗਾ ਇੱਥੇ ਕੋਈ ਬਿਮਾਰੀ ਨਹੀਂ ਲੱਗੇਗੀ ਅਤੇ ਇਹ ਜਿਹੜਾ ਤੰਦਰੁਸਤ ਪੰਜਾਬ ਹੈ ਮੁਹਿੰਮ ਇਹ ਅੱਗੇ ਜਿਹੜਾ ਹੈਗਾ ਵਧੇਗੀ। ਅਸੀਂ ਅੱਗੇ ਵੀ ਜਿਹੜਾ ਹੈਗਾ ਇਹੋ ਜਿਹੇ ਕੰਮ ਹੋਰ ਕਰਾਂਗੇ।